ਦੋਸਤੋ ਮੈਂ ਆ ਤੁਹਾਨੂੰ ਬਿਜੜੇ ਦਾ ਆਲਣਾ ਦਿਖਾਉਣਾ ਚਾਹੁੰਦਾ ਹਾਂ। ਆ ਦੇਖੋ ਇਹ ਜਿਹੜੇ ਬਿਜੜੇ ਦੇ ਆਲਣੇ ਹੈ ਤਿੰਨ ਪਾਏ ਹੋਏ ਆ ਇੱਥੇ। ਔਰ ਹੈਰਾਨਗੀ ਦੀ ਗੱਲ ਇਹ ਹੈ ਕਿ ਮੈਂ ਦੇਖ ਰਿਹਾ ਕਿ ਇਹ ਕਿੱਕਰ ਦੇ ਉੱਪਰ ਹੈ, ਤੁਸੀਂ ਦੇਖ ਰਹੇ ਹੋ ਨਾ ਕਿੱਕਰ, ਔਰ ਇਹਨੂੰ ਕੰਡੇ ਦੇਖੋ ਕਿੱਡੇ ਕਿੱਡੇ ਆ, ਔਰ ਇੰਨੇ ਕੰਡਿਆਂ ਦੇ ਵਿੱਚ, ਇੰਨੀ ਕੰਡਿਆਰੀ ਦੇ ਵਿੱਚ ਇੱਕ ਛੋਟਾ ਜਿਹਾ ਪੰਛੀ ਜਦੋਂ ਇਹਨੂੰ ਬਣਾਉਂਦਾ ਹੈ ਤਾਂ ਯਾਰ ਉਹਦੇ ਸੂਲ ਨਹੀਂ ਚੁੱਭਦੀ ਹੋਣੀ। ਅਗਰ ਮੇਰਾ ਖਿਆਲ ਹੈ ਚਿੜੀ ਜਿੱਡਾ ਹੁੰਦਾ ਉਹ, ਜੇ ਸੂਲ ਉਹਦੇ ਚੁੱਭ ਵੀ ਜਾਵੇ ਤਾਂ ਤੁਸੀਂ ਦੇਖ ਲਓ ਬਈ ਉਹਦਾ ਹਾਲ ਕੀ ਹੋਊਗਾ, ਸ਼ਾਇਦ ਬੁਰੀ ਤਰ੍ਹਾਂ ਜ਼ਖਮੀ ਹੋ ਜਾਊਗਾ ਛੋਟੀ ਜਿਹੀ ਸੂਲ ਚੁੱਭਣ ਨਾਲ, ਪਰ ਨਹੀਂ। ਤੇ ਇੱਕ ਹੋਰ ਵੀ ਗੱਲ ਹੈ ਕਿ ਉਹਨੇ ਇਹ ਜਿਹੜੀ ਕਿੱਕਰ ਤੇ, ਸੂਲਾਂ ਵਾਲੀ ਕਿੱਕਰ ਤੇ ਇਸ ਲਈ ਉਹਨੇ ਪਾਇਆ ਹੈ ਇਹ ਇੰਨਾ ਜੋਖਮ ਲੈ ਕੇ ਤਾਂ ਕਿ ਕੋਈ ਉਹਨੂੰ ਨੁਕਸਾਨ ਵੀ ਨਾ ਪਹੁੰਚਾ ਸਕੇ, ਕਿਉਂਕਿ ਜਿਹੜੇ ਕਿੱਕਰ ਦੇ ਉੱਪਰ ਕੋਈ ਹੋਰ ਜਾਨਵਰ ਹੈ ਜਿਹੜਾ ਉਹ ਚੜ੍ਹ ਨਹੀਂ ਸਕਦਾ। ਜਿਹੜਾ ਮੈਂ ਸਮਝਦਾ ਵੀ ਕੋਈ ਸ਼ਾਇਦ ਬੱਕਰੀ ਤਾਂ ਖਾ ਜਾਂਦੀ ਹੈ ਜਿਹੜੀ ਕਿੱਕਰ ਨੂੰ, ਇਸ ਤਰ੍ਹਾਂ ਤੁੱਕੇ ਤੱਕੇ ਖਾਣੇ ਹੁੰਦੇ ਆ ਉਹ, ਤਾਂ ਉਹਨੂੰ ਤਾਂ ਹੈਗਾ। ਸੋ ਮੈਂ ਬੱਕਰੀ, ਚਲੋ ਬੱਕਰੀ ਨੇ ਇਹਨੂੰ ਕੀ ਨੁਕਸਾਨ ਪਹੁੰਚਾਉਣਾ, ਪਰ ਮੈਂ ਦੇਖ ਰਿਹਾ ਸੀ ਯਾਰ ਸੂਲਾਂ ਕਿ ਅਗਰ ਅਸੀਂ ਇੱਥੋਂ ਦਾਤਣ ਤੋੜਨੀ ਹੋਵੇ ਨਾ ਥੋੜ੍ਹੀ ਜਿਹੀ ਵੀ ਤਾਂ ਉਹ ਵੀ ਸਾਡੇ ਲਈ ਮੁਸ਼ਕਲ ਹੈ ਦਾਤਣ ਤੋੜਨੀ ਵੀ। ਅਤੇ ਉਹਨੇ ਯਾਰ ਇੱਕ ਛੋਟੇ ਜਿਹੇ ਪੰਛੀ ਨੇ ਐਡੇ ਵਧੀਆ ਜਿਹੜੇ ਆਹ ਦੇਖੋ ਆਹ ਆਲਣੇ ਪਾਏ ਆਪਣੇ ਬਿਜੜੇ ਨੇ, ਬਹੁਤ ਬਾ ਕਮਾਲ। ਮੈਂ ਸ਼ੂਟਿੰਗ 'ਤੇ ਆਏ ਹੋਏ ਸੀ ਇੱਥੇ ਔਰ ਦੇਖਿਆ, ਮੈਂ ਕਿਹਾ ਯਾਰ ਇਹ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਜਾਵੇ। ਅਤੇ ਸੋ ਇਹ ਕੁਦਰਤ ਹੈ, ਬਹੁਤ ਵਧੀਆ ਅੱਛਾ ਲੱਗਿਆ। ਮੈਂ ਦੇਖ ਰਿਹਾ ਸੀ ਕਿ ਕਿੱਥੇ ਕਿੱਥੇ ਉਹਨੇ ਕਿਵੇਂ ਕਿਵੇਂ ਦੇਖੋ ਪੂਰੇ ਦਾ ਪੂਰਾ ਕਿਵੇਂ ਉਹਨੇ ਗੁੰਦਿਆ ਹੈ। ਜਿਹੜੀਆਂ ਬਰੀਕ ਬਰੀਕ ਟਾਹਣੀਆਂ ਉਹ ਟਾਹਣੀਆਂ ਦੇ ਵਿੱਚ ਇਹਨੂੰ ਗੁੰਦਿਆ ਗਿਆ। ਬਹੁਤ ਧੰਨਵਾਦ ਜੀ, ਬਸ ਇੰਨੀ ਕੁ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ। ਥੈਂਕ ਯੂ ਸੋ ਮੱਚ।